ਮੇਰਾ ਨਾਮ ਜਿੰਕਰ ਕਪੂਰ ਆ। ਅਸੀਂ ਖੇੜਾ ਕਾਲਜ ਗਏ ਸੀਗੇ ਫੋਰਮ ਭਰਨ, ਅਤੇ ਉੱਥੇ ਉਹਨਾਂ ਦਾ ਮੁੰਡਾ ਮੇਰੇ ਭਰਾ ਦੇ ਨਾਲ ਔਖਾ ਹੋ ਗਿਆ ਸੀਗਾ, ਲੜਨ ਲੱਗ ਗਿਆ ਸੀ, ਪੈਸੇ ਦੇ ਪਿੱਛੇ ਧੱਕੇ ਮੁੱਕੀ ਕੀਤੀ ਉਹਨਾਂ ਨੇ। ਉਸ ਤੋਂ ਬਾਅਦ ਜਦੋਂ ਮੈਂ ਜਾ ਕੇ ਸਮਝਾਇਆ, ਉਹਨੇ ਮੈਨੂੰ ਵੀ ਧੱਕੇ ਮਾਰੇ ਆ, ਅਤੇ ਉਹਦੇ ਪਾਪਾ ਨੇ ਮੁੰਡੇ ਨੇ ਸਟਾਫਾਂ ਨੇ ਫੜ ਕੇ ਕੁੱਟੇ ਆ, ਅਤੇ ਉਸ ਤੋਂ ਬਾਅਦ ਉਹਨੇ ਕੜੇ ਮਾਰੇ, ਅੱਖ ਭੰਨਤੀ, ਉਸ ਤੋਂ ਬਾਅਦ ਮੁੰਡੇ 'ਤੇ ਵੀ ਕੜੇ ਮਾਰੇ, ਛਾਤੀ 'ਤੇ ਵੀ ਮਾਰੇ। ਰੀਜ਼ਨ ਕੁਛ ਨਹੀਂ, ਮੁੰਡੇ ਦੇ ਐਟੀਟਿਊਡ ਬਹੁਤ ਜ਼ਿਆਦਾ ਨਜਾਇਜ਼, ਅਤੇ ਸਾਰੇ ਕਸਟਮਰ ਨੂੰ ਖਿੱਚ ਖਿੱਚ ਕੇ ਪੈਂਦਾ ਪਿਆ ਸੀ, ਧੱਕੇ ਮਾਰ ਮਾਰ ਕੱਢਦਾ ਪਿਆ ਸੀ ਰੂੜ ਕਾਫੀ। ਅਸੀਂ ਇੱਕ ਫੋਰਮ ਭਰਵਾਉਣ ਗਏ ਸੀਗੇ, ਅਤੇ ਪੈਸੇ ਦਾ ਰੌਲਾ ਹੀ ਨਹੀਂ ਸੀ ਇੰਨਾ, ਪੈਸੇ ਭਾਵੇਂ 200 ਦੇ 500 ਲੈ ਲਵੇ ਕੋਈ ਗੱਲ ਨਹੀਂ ਹੈ ਨਾ, ਮੇਨ ਹੈਗਾ ਉਹਨੂੰ ਐਟੀਟਿਊਡ ਰੂੜ ਇੰਨਾ ਹੋ ਗਿਆ ਸੀਗਾ, ਅਕਲ ਹੀ ਨਹੀਂ ਸੀ ਗੱਲ ਕਰਨ ਦੀ ਮੁੰਡੇ। ਮੇਰੇ ਤਾਂ ਸਾਰੇ ਸਟਾਫ ਹੀ ਵਿੱਚ ਇਕੱਠੇ ਸੀਗੇ, ਸਾਰੇ 3-4 ਜਣੇ ਮੈਨੂੰ ਫੜ ਕੇ, ਅਤੇ ਉਹ ਮੁੰਡੇ ਨੇ ਕੋਈ CCTV ਵਗੈਰਾ ਸਾਹਮਣੇ ਆਈ ਹੈ? CCTV ਕੈਮਰੇ ਕਹਿੰਦੇ ਹੈ ਸਾਡੇ ਕੋਲ, ਸਾਨੂੰ ਅਸੀਂ ਪੁਲਿਸ ਨੂੰ ਉਸ ਵੇਲੇ ਕੰਪਲੇਂਟ ਕਰਦੇ? ਹਾਂਜੀ ਅਸੀਂ ਕਰਤੀ। ਮੰਗ ਕੀ ਕਰਦੇ ਭਾਅ ਜੀ ਤੁਸੀਂ? ਅਸੀਂ ਮੰਗ ਕਿ ਉਹਨੂੰ ਪ੍ਰੋਪਰ ਅਰੈਸਟ ਕੀਤਾ ਜਾਵੇ, ਅਤੇ ਸਾਰੀਆਂ ਚੀਜ਼ਾਂ 'ਤੇ ਕਾਰਵਾਈ ਕੀਤੀ ਜਾਵੇ। ਮੈਂ ਦਿਵਾਕਰ ਕਪੂਰ ਜੀ, ਖੇੜਾ ਕਾਲਜ, ਮੈਂ ਆਪਣੇ ਬ੍ਰਦਰ ਦੇ ਨਾਲ ਆਪਣੀ ਵਾਈਫ ਦਾ ਪੇਪਰ ਭਰਨ ਗਿਆ ਸੀਗਾ। ਜਦੋਂ ਮੈਂ ਪੇਪਰ ਭਰਨ ਗਿਆ ਖੇੜਾ ਕਾਲਜ, ਉੱਥੇ ਉਹਨਾਂ ਨੇ ਮੈਨੂੰ ਕਿਹਾ ਜੀ ਕਿ ਪਹਿਲਾਂ ਫੀਸ ਜਮ੍ਹਾਂ ਕਰਵਾ ਦਿਓ। ਜਦੋਂ ਮੈਂ ਫੀਸ ਜਮ੍ਹਾਂ ਕਰਵਾ ਦਿੱਤੀ, ਮੈਂ ਪੇਪਰ ਭਰਨ ਚਲਾ ਗਿਆ, ਪੇਪਰ ਭਰਦੇ ਭਰਦੇ ਸਾਈਟ ਵਨਡਰ ਮੇਨਟੇਨੈਂਸ ਚੱਲਦੀ ਸੀਗੀ, ਇਹਨਾਂ ਨੇ ਕਿਹਾ ਜੀ ਕਿ ਪੇਪਰ ਅੱਜ ਭਰਿਆ ਨਹੀਂ ਜਾਣਾ ਵਾ, ਤੁਸੀਂ ਸ਼ਾਮ ਤੱਕ ਆ ਜਾਓ। ਅਤੇ ਮੈਂ ਉਹਨਾਂ ਨੂੰ ਕਿਹਾ ਵੀਰ ਜੀ ਮੈਂ ਸ਼ਾਮੀ ਆ ਨਹੀਂ ਸਕਦਾ, ਮੈਂ ਆਪਣੇ ਕੰਮ ਜਾਣਾ ਆ, ਮੈਂ ਇੱਦਾਂ ਕਰਾਂ ਕਿਸੇ ਹੋਰ ਕੋਲੋਂ ਭਰਵਾ ਲਾਂਗਾ, ਜੀ ਤੁਹਾਡੀ ਨਹੀਂ ਭਰਿਆ ਗਾ ਤੁਸੀਂ ਰਹਿਣ ਦਿਓ, ਕੋਈ ਗੱਲ ਨਹੀਂ ਤੁਸੀਂ ਪੈਸੇ ਵਾਪਸ ਕਰ ਦਿਓ। ਉਹ ਕਹਿੰਦੇ ਜੀ ਇੰਟੇਨਡਰ ਮੇਨਟੇਨੈਂਸ ਹੈਗੀ, ਉਹਦੇ ਸਾਡੀ ਗਲਤੀ ਨਹੀਂ ਜੀ, ਅਸੀਂ ਨਹੀਂ ਪੈਸੇ ਵਾਪਸ ਕਰਨੇ। 200 ਰੁਪਏ ਦਿੱਤੇ ਸੀਗੇ ਸਰ? ਹਾਂਜੀ 200 ਰੁਪਏ ਪਿੱਛੇ ਅਗਲੇ ਸਾਡੇ ਨਾਲ ਲੜ ਪਏ ਆ, ਅਤੇ ਅਸੀਂ 200 ਰੁਪਏ ਉਹਨਾਂ ਨੂੰ ਦਿੱਤੇ, ਅਤੇ ਅਸੀਂ ਉਹਨਾਂ ਨੂੰ ਕਿਹਾ ਕਿ ਠੀਕ ਆ ਭਾਅ ਜੀ ਪੈਸੇ ਵਾਪਸ ਕਰ ਦਿਓ, ਅਤੇ ਉਹ ਕਹਿੰਦਾ ਪੈਸੇ ਵਾਪਸ ਨਹੀਂ ਹੁੰਦੇ। ਮੈਂ ਕਿਹਾ ਸਰ ਇਹ ਤਾਂ ਗੱਲ ਗਲਤ ਹੈ, ਜੇ ਪੈਸੇ ਵਾਪਸ ਨਹੀਂ, ਜੋ ਅਸੂਲਣ ਬੰਦ ਤੁਹਾਡੇ ਬੰਦੇ ਆ, ਬਟ ਉਹਨਾਂ ਦਾ ਬੇਟਾ ਜਿਹੜਾ ਸੀਗਾ ਬਦਤਮੀਜ਼ੀ ਨਾਲ ਗੱਲ ਕਰ ਰਿਹਾ ਸੀਗਾ, ਅੱਗੋਂ ਕਹਿੰਦਾ ਜਾ ਜਿੱਥੋਂ ਲੈਣੇ ਲੱਲਾ ਪੈਸੇ ਜਾ ਕੇ ਮੇਰੇ ਕੋਲ ਨਹੀਂ ਦਿੱਤੇ ਜਾਂਦੇ, ਅਤੇ ਉਸ ਤੋਂ ਬਾਅਦ ਸਾਨੂੰ ਗਾਲੀ ਗਲੋਚ ਕਰਨ ਲੱਗ ਪਿਆ, ਅਤੇ ਫਿਰ ਜਦੋਂ ਅਸੀਂ ਉਹਨੂੰ ਕਿਹਾ ਕਿ ਇਹ ਤਾਂ ਤੁਸੀਂ ਗੱਲ ਗਲਤ ਕਰਦੇ ਪਏ, ਅਗਲਾ ਕਹਿੰਦਾ ਜਾ ਜਿੱਥੇ ਜਾਣਾ ਚਲੇ ਜਾ। ਉਹ ਮੁੰਡੇ 'ਚ ਐਟੀਟਿਊਡ ਬੜਾ ਸੀਗਾ। ਕਿੰਨੇ ਬੰਦੇ ਤੁਹਾਡੇ 'ਤੇ ਹਮਲਾ ਕੀਤਾ ਤੁਹਾਡੇ 'ਤੇ? ਸਾਡੇ ਮੇਰੇ ਬ੍ਰਦਰ ਦੇ ਅਤੇ ਮੇਰੇ 'ਤੇ ਉਹਨੇ ਹਮਲਾ ਕੀਤਾ, ਪਲੱਸ ਉਹਦੇ ਸਟਾਫ ਨੇ ਉਹਨਾਂ ਦਾ ਸਾਥ ਦਿੱਤਾ, ਉਹਨੂੰ ਫੜ ਕੇ ਸਾਨੂੰ ਫੜ ਲਿਆ, ਅਤੇ ਉਹ ਸਾਡੇ ਕੜੇ ਮਾਰੀ ਗਿਆ ਦੋਵਾਂ ਦੇ। ਹੁਣ ਕੀ ਮੰਗ ਕੀ ਕਰਦੇ? ਅਸੀਂ ਮੰਗ ਕਰਦੇ ਅਰ 'ਚ ਪਰਚਾ ਕੀਤਾ ਜਾਏ, ਜੋ ਕਾਨੂੰਨੀ ਕਾਰਵਾਈ ਬਣਦੀ ਅਰ 'ਚ ਪ੍ਰੋਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਬੰਦੇ ਦੀ। ਹਾਂਜੀ ਅਸੀਂ ਪੁਲਿਸ ਨੂੰ ਕੰਪਲੇਂਟ ਕਰ ਦਿੱਤੀ ਹੈ ਜੀ। ਪੁਲਿਸ ਵੱਲੋਂ ਕੀ ਇਨਸਾਫ ਦੀ ਹੋਈ? ਪੁਲਿਸ ਵੱਲੋਂ ਇਹ ਉਹਨਾਂ ਨੇ ਆਪਣਾ ਕਿਹਾ ਕਿ ਕੀ ਆਸ਼ਵਾਸਨ ਦਿੱਤਾ ਗਿਆ ਪੁਲਿਸ ਵੱਲੋਂ ਕਿ ਪ੍ਰੋਪਰ ਚੈੱਕ ਕਰਕੇ ਅਤੇ ਅਸੀਂ ਦਿੰਦੇ ਤੁਹਾਡਾ ਪ੍ਰੋਪਰ ਕਰਨੇ। ਸਾਡੇ ਕੋਲ NRI 2 ਭਰਾ ਆਏ ਸੀਗੇ। ਹਾਂਜੀ ਸਰ। ਉਹਨਾਂ ਨੇ ਸਾਨੂੰ ਸਾਰੀ ਗੱਲਬਾਤ ਦੱਸੀ ਹੈ। ਹਾਂਜੀ। ਜਿਨ੍ਹਾਂ ਨੂੰ ਅਸੀਂ ਡਾਟ ਕੱਟ ਕੇ ਦੇਤਾ ਆ, ਜੋ ਰਿਜ਼ਲਟ ਆਵੇਗਾ ਬੰਦੀ ਕਾਰਵਾਈ ਕੀਤੀ ਹੈ। ਸਰ ਇਹਨਾਂ ਦਾ ਕੋਈ ਫਾਰਮ ਭਰਨ ਤੋਂ ਕੋਈ ਹੋਇਆ ਆ? 200 ਰੁਪਈਏ ਦੀ ਕੋਈ? ਹਾਂਜੀ ਇਸੇ ਕਿਸੇ ਹੋਇਆ ਕੋਈ ਇਹਨਾਂ ਦਾ ਵੀ ਕਹਿੰਦੇ ਫਾਰਮ ਨਹੀਂ ਭਰਨਾ ਜਾਏ, ਕਹਿੰਦੇ ਸਾਡੇ ਪੈਸੇ ਵਾਪਸ ਦੇ ਦਿਓ। ਇਸ ਤੋਂ ਕੋਈ ਬਹਿਸ ਵਿਸਾ ਹੋਇਆ ਜੀ?